ਤੁਸੀਂ ਦੇਖ ਰਹੇ ਹੋ ਟੀਵੀ ਐਨਆਰਆਈ ਤੇ ਮੈਂ ਤੁਹਾਡੇ ਨਾਲ ਰੰਜਨਾ ਸ਼ਰਮਾ ਇੱਕ ਵਾਰ ਫਿਰ ਤੋਂ ਮੌਸਮ ਦੀ ਜਾਣਕਾਰੀ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋ ਚੁੱਕਿਆ। ਜੇਕਰ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਜਾਂ ਫਿਰ ਫੋਲੋ ਨਹੀਂ ਕੀਤਾ ਤਾਂ ਤੁਰੰਤ ਕਰ ਲਓ ਤਾਂ ਜੋ ਸਭ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ। ਪੰਜਾਬ ਦੇ ਵਿੱਚ ਮੌਸਮ ਦਾ ਮਿਜਾਜ ਪੂਰੇ ਤਰੀਕੇ ਨਾਲ ਬਦਲ ਚੁੱਕਾ ਹੈ। ਜਿੱਥੇ ਇੱਕ ਪਾਸੇ ਗਰਮੀਆਂ ਦੀ ਸ਼ੁਰੂਆਤ ਹੁੰਦੀ ਹੋਈ ਦਿਖਾਈ ਦੇ ਰਹੀ ਸੀ, ਉੱਥੇ ਦੂਜੇ ਪਾਸੇ ਪੰਜਾਬ ਦੇ ਵਿੱਚ ਹਲਕੀਆਂ ਹਵਾਵਾਂ ਚੱਲਦੀਆਂ ਹੋਈਆਂ ਕਿਤੇ ਕਿਣ-ਮਿਣ ਬੂੰਦਾਬਾਰੀ ਹੁੰਦੀ ਹੋਈ ਨਜ਼ਰ ਆਉਂਦੀ ਹੈ। ਪੰਜਾਬ ਦੇ ਵਿੱਚ ਹਾਲਾਂਕਿ ਤਾਪਮਾਨ ਜਿਹੜਾ ਹੈ ਗਰਮੀਆਂ ਵਾਲਾ ਦੇਖਣ ਨੂੰ ਮਿਲ ਰਿਹਾ। ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੁਆਬਾ ਖੇਤਰ ਦਾ 28 ਡਿਗਰੀ ਤਾਪਮਾਨ, ਮਾਲਵਾ ਖੇਤਰ ਦਾ 26 ਡਿਗਰੀ ਤਾਪਮਾਨ ਅਤੇ ਮਾਝਾ ਖੇਤਰ 29 ਡਿਗਰੀ ਤਾਪਮਾਨ। ਕੁੱਲ ਮਿਲਾ ਕੇ ਪੰਜਾਬ ਦਾ ਤਾਪਮਾਨ ਜਿਹੜਾ ਹੈ 26 ਡਿਗਰੀ ਤਾਪਮਾਨ ਤੋਂ ਲੈ ਕੇ 29 ਡਿਗਰੀ ਤਾਪਮਾਨ ਦੇ ਵਿੱਚ ਦਰਜ ਕੀਤਾ ਗਿਆ। ਲੇਕਿਨ ਹਵਾਵਾਂ ਜਿਹੜੀਆਂ ਨੇ ਠੰਡੀਆਂ ਚੱਲਦੀਆਂ ਨੇ, ਸਵੇਰ ਦੇ ਸਮੇਂ ਮੌਸਮ ਸੁਹਾਵਣਾ ਦਿਖਾਈ ਦਿੰਦਾ। ਹਾਲਾਂਕਿ ਬੀਤੇ ਦਿਨੀ ਪੰਜਾਬ ਦੇ ਕਈ ਇਲਾਕਿਆਂ 'ਚ ਮੀਂਹ ਦੇਖਣ ਨੂੰ ਮਿਲਿਆ। ਫਿਲਹਾਲ ਆਉਣ ਵਾਲੇ ਸਮੇਂ 'ਚ ਹਾਲੇ ਤੱਕ ਕੋਈ ਵੀ ਮੌਸਮ ਵਿਭਾਗ ਦੇ ਵੱਲੋਂ ਮੀਂਹ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਲੇਕਿਨ ਪੰਜਾਬ ਦਾ ਮੌਸਮ ਫਿਲਹਾਲ ਗਰਮੀਆਂ ਵਾਲਾ ਨਹੀਂ ਬਲਕਿ ਸੁਹਾਵਣਾ ਦਿਖਾਈ ਦੇ ਰਿਹਾ। ਅਜਿਹੇ ਕੁਝ ਹਾਲ ਦਿੱਲੀ ਦੇ ਵੀ ਦਿਖਾਈ ਦੇ ਰਹੇ ਨੇ। ਤਾਪਮਾਨ ਕੁਝ ਪੰਜਾਬ ਵਰਗਾ ਨਜ਼ਰ ਆ ਰਿਹਾ, 28 ਡਿਗਰੀ ਤਾਪਮਾਨ ਦਿੱਲੀ ਦਾ ਜਿਹੜਾ ਹੁਣ ਦੱਸਿਆ ਜਾ ਰਿਹਾ ਮੌਸਮ ਵਿਭਾਗ ਦੇ ਵੱਲੋਂ। ਲੇਕਿਨ ਹਵਾਵਾਂ ਠੰਡੀਆਂ ਨਹੀਂ ਚੱਲ ਰਹੀਆਂ ਬਲਕਿ ਗਰਮੀ ਦੀ ਜਿਹੜੀ ਹੈ ਦਿੱਲੀ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ। ਮੌਸਮ ਬਦਲਦਾ ਹੋਇਆ ਪੰਜਾਬ ਤੋਂ ਬਾਅਦ ਦਿੱਲੀ 'ਚ ਵੀ ਨਜ਼ਰ ਆ ਰਿਹਾ ਗਰਮੀ ਦੀ ਸ਼ੁਰੂਆਤ ਹੋ ਚੁੱਕੀ ਹੈ। ਅਤੇ ਅਜਿਹਾ ਕੁਝ ਹਾਲ ਹਰਿਆਣਾ ਦਾ ਵੀ ਨਜ਼ਰ ਆ ਰਿਹਾ। ਹਰਿਆਣਾ ਦੇ ਵਿੱਚ ਵੀ ਤਾਪਮਾਨ ਜਿਹੜਾ ਹੈ 26 ਡਿਗਰੀ ਤਾਪਮਾਨ ਤੋਂ 29 ਡਿਗਰੀ ਤਾਪਮਾਨ ਤੱਕ ਮੌਸਮ ਵਿਭਾਗ ਦੇ ਵੱਲੋਂ ਦਰਜ ਕੀਤਾ ਗਿਆ। ਗਰਮੀ ਦੀ ਸ਼ੁਰੂਆਤ ਜਿਵੇਂ ਦਿੱਲੀ 'ਚ ਨਜ਼ਰ ਆ ਰਹੀ ਹੈ ਉਸੇ ਤਰੀਕੇ ਨਾਲ ਹਰਿਆਣਾ 'ਚ ਵੀ ਦੇਖਣ ਨੂੰ ਮਿਲ ਰਹੀ ਹੈ। ਲੇਕਿਨ ਪੰਜਾਬ, ਹਰਿਆਣਾ ਅਤੇ ਦਿੱਲੀ ਤੋਂ ਬਿਲਕੁਲ ਉਲਟ ਜਿਹੜਾ ਦੱਸ ਦਈਏ ਤੁਹਾਨੂੰ ਮੌਸਮ ਹੈ ਉਹ ਹਿਮਾਚਲ ਪ੍ਰਦੇਸ਼ ਦਾ ਦੇਖਣ ਨੂੰ ਮਿਲ ਰਿਹਾ। ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਸਮ ਦੇ ਤਾਪਮਾਨ ਜਿਹੜਾ ਲਗਾਤਾਰ ਗਿਰਾਵਟ ਨਜ਼ਰ ਆ ਰਹੀ ਹੈ। 11 ਡਿਗਰੀ ਤਾਪਮਾਨ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਦਰਜ ਕੀਤਾ ਗਿਆ ਹੈ। ਹਵਾਵਾਂ ਜਿਹੜੀਆਂ ਨੇ ਠੰਡੀਆਂ ਚੱਲ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਮੌਸਮ ਵਿਭਾਗ ਦੇ ਵੱਲੋਂ ਮੀਂਹ ਦਾ ਵੀ ਅਨੁਮਾਨ ਲਗਾਇਆ ਜਾ ਰਿਹਾ ਕਿਉਂਕਿ ਹਿਮਾਚਲ ਜਿਹੜਾ ਕਾਫੀ ਜ਼ਿਆਦਾ ਠੰਡਾ ਇਲਾਕਾ ਹੈ। ਲੇਕਿਨ ਪੰਜਾਬ ਦੇ ਵਿੱਚ ਜਿੱਥੇ ਮੌਸਮ ਦੇ ਮਿਜਾਜ ਬਦਲ ਚੁੱਕੇ ਨੇ ਕਿਹਾ ਜਾ ਸਕਦਾ ਹੈ। ਇੱਕ ਪਾਸੇ ਜਿੱਥੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਮਾਰਚ ਮਹੀਨੇ ਦੀ ਸ਼ੁਰੂਆਤ 'ਚ ਗਰਮੀ ਜਿਹੜੀ ਹੈ ਰਿਕਾਰਡ ਤੋੜਦੀ ਹੋਈ ਨਜ਼ਰ ਆਵੇਗੀ, ਲੇਕਿਨ ਇੱਥੇ ਫਿਲਹਾਲ ਮੌਸਮ ਜਿਹੜਾ ਹਾਲੇ ਠੰਡਾ ਨਜ਼ਰ ਆ ਰਿਹਾ। ਲੇਕਿਨ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਮਾਰਚ ਦੇ ਅੰਤ ਤੱਕ ਪੰਜਾਬ 'ਚ ਮੌਸਮ ਜਿਹੜਾ ਪੂਰੇ ਤਰੀਕੇ ਨਾਲ ਬਦਲ ਜਾਵੇਗਾ ਅਤੇ ਨਾਲ ਹੀ ਨਾਲ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਗਰਮੀ ਜਿਹੜੀ ਹੈ ਦਸਤਕ ਪੰਜਾਬ ਦੇ ਪੂਰੇ ਇਲਾਕੇ 'ਚ ਦੇਵੇਗੀ। ਦੱਸ ਦਈਏ ਤੁਹਾਨੂੰ ਕਿ ਗੁਜਰਾਤ ਦੇ ਵਿੱਚ ਗਰਮੀਆਂ ਦੇ ਰਿਕਾਰਡ ਟੁੱਟ ਚੁੱਕੇ ਨੇ ਕਿ ਗਰਮੀ ਕੜਾਕੇ ਦੀ ਪੈ ਰਹੀ ਹੈ ਅਤੇ ਨਾਲ ਹੀ ਨਾਲ ਗੁਜਰਾਤ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਲੋਕਾਂ ਨੂੰ ਹੁਣ ਗਰਮੀ ਦੀ ਕੜਾਕੇ ਦੀ ਗਰਮੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ। ਲੇਕਿਨ ਪੰਜਾਬ ਦੇ ਵਿੱਚ ਹਾਲੇ ਗਰਮੀ ਤੋਂ ਰਾਹਤ ਹੈ ਕਿਉਂਕਿ ਮੌਸਮ ਬਹੁਤ ਸੁਹਾਵਣਾ ਨਜ਼ਰ ਆ ਰਿਹਾ ਹੈ। ਲੇਕਿਨ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਵੀ ਕੜਾਕੇ ਦੀ ਗਰਮੀ ਜਿਹੜੀ ਹੈ ਪੈਂਦੀ ਹੋਈ ਨਜ਼ਰ ਆਵੇਗੀ। ਵਧੇਰੇ ਜਾਣਕਾਰੀ ਲਈ ਦੇਖਦੇ ਰਹੋ ਤਾਂ ਟੀਵੀ ਐਨਆਰਆਈ। ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾਹ ਐਨਆਰਆਈ ਮੈਰਿਜ ਬਿਊਰੋ। ਐਨਆਰਆਈ ਮੈਰਿਜ ਬਿਊਰੋ, ਫਾਈਂਡ ਯੋਰ ਪਰਫੈਕਟ ਹਿਊਮਨ।